ਪਿੱਛੇ ਜੇ ਯੂਪੀ ਬਿਹਾਰ ਤੋਂ ਇੱਕ ਮਾਮਲਾ ਉੱਭਰ ਕੇ ਸਾਹਮਣੇ ਆਇਆ ਸੀ ਜਿਸ ਵਿੱਚ ਖਬਰਾਂ ਵੀ ਨਸ਼ਰ ਹੋਈਆਂ ਸੀ ਕਿ ਇੱਕ ਗਰੋਹ ਦੇ ਵੱਲੋਂ ਲੋਕਾਂ ਦੇ ਸਿਰ ਦੇ ਵਾਲ ਕੱਟੇ ਜਾ ਰਹੇ ਨੇ ਸੁੱਤੀਆਂ ਪਈਆਂ ਜਨਾਨੀਆਂ ਦੀਆਂ ਬੋਦੀਆਂ ਕੱਟ ਕੇ ਗਰੋਹ ਫਰਾਰ ਹੋ ਜਾਂਦਾ ਇਹ ਮਾਮਲਾ ਬੜਾ ਚਰਚਾ ਦੇ ਵਿੱਚ ਰਿਹਾ ਸੀ ਪਰ ਹੁਣ ਅਜਿਹਾ ਹੀ ਇੱਕ ਮਾਮਲਾ ਜ਼ਿਲ੍ਹਾ ਜਲੰਧਰ ਦੇ ਹਲਕਾ ਫਿਲੌਰ ਤੋਂ ਸਾਹਮਣੇ ਆਇਆ ਹੈ ਜਿੱਥੇ ਸ਼ਹਿਰ ਦੇ ਵਿੱਚ ਗਰੋਹ ਦੇ ਮੈਂਬਰਾਂ ਵੱਲੋਂ ਇੱਕ ਵਿਅਕਤੀ ਦੀ सिर दी बोदी कटी गई है। तस्वीरां दे विच दिखाई दिंदा ए कोई होर नहीं बल्कि उही भाजपा दा आगू विवेक शर्मा है जिस दे सिर दी बोदी कट के गिरोह फरार हो गया अते कटी हुई बोदी नू भी नाल लै गया जिस तों बाद विवेक शर्मा चिंता दे आलम विच डुब गया। मीडिया नू जानकारी दिंदे हुए शर्मा ने जो अगे दस्या ओ सुनो। मेरा नाम विवेक शर्मा, पिंड प्रतापपुरा। की मामला की था ये सारा? मामला भाजी मैनू भी पता नहीं, मेरी लाग राट कहना है कि कहना नहीं मैनू भी नहीं पता, क्योंकि असी बिना कहे लोगों के काम कराने हैं। सानू पिंड की पंचायत में भी नहीं दसते, असी सानू जिहड़ा कोई चोर होवे साध होवे असी उहदे नाल जाके थाने भी चल जाईदा भी भाई आह बंदे काम करके दो जिदा मर्जी करके दो। पर आह जिहड़ी गलबात हुई है ये मैनू नहीं पता, पर थोड़े दिन पहला कुछ इदां दा मसला सीगा जिहदे करके मैनू लगता मैनू उस गल वल्लों टारगेट किया गया भाजी। ਪਰ ਮੈਂ ਥੋੜ੍ਹਾ ਜਿਹਾ ਭਾਅ ਜੀ 15 ਤਰੀਕ ਦੀ ਗੱਲ ਆ, 15 ਤਰੀਕ ਸ਼ਾਮ ਨੂੰ ਲਗਭਗ ਰਾਤ ਦਾ 9 ਵਜੇ ਦਾ ਟਾਈਮ, ਸ਼ਾਮ ਨੂੰ ਅਸੀਂ ਕਬੱਡੀ ਦੇਖੀ। ਕਬੱਡੀ ਦੇਖਣ ਤੋਂ ਬਾਅਦ ਅਸੀਂ 9 ਵਜੇ ਮੇਰੇ ਦੋਸਤ ਨੇ ਮੈਨੂੰ ਕਿਹਾ ਮੈਨੂੰ ਮੇਰੇ ਪਿੰਡ ਭੈਣੀ ਛੱਡ ਕੇ ਆ, ਮੈਨੂੰ ਛੱਡ ਕੇ ਵੀ ਆਇਆ। ਔਰ ਵਾਪਸੀ 'ਤੇ ਉਹਨੇ ਮੈਨੂੰ ਕਿਹਾ ਵੀ ਕਹਿੰਦਾ ਯਾਰ ਮਾਹੌਲ ਖਰਾਬ ਹੈ ਤੂੰ ਟਾਈਮ ਨਾਲ ਚੱਲਿਆ ਕਰ ਨੂੰ। ਚਲੋ ਠੀਕ ਹੈ, ਰਾਸਤੇ ਵਿੱਚ ਬੰਦਿਆਂ ਨੇ ਮੈਨੂੰ ਪੂਰਾ ਰੋਡ ਰੋਕਿਆ ਸੀ, ਪੰਜ ਜਾਂ ਸੱਤ ਜਣੇ ਸੀਗੇ ਮੇਰੇ, ਜਦੋਂ ਨਹੀਂ ਪਤਾ ਲੱਗਾ ਇਹਨਾਂ ਕੋਈ ਖਾਸ, ਗੱਡੀ ਵਿੱਚ ਉਹੀ ਲੈਟ ਜਿੰਨੀ ਕੁ ਮੂਹਰੇ ਪਈ। ਜਦੋਂ ਮੈਂ ਕੋਲ ਗਿਆ ਭਾਈ ਇੱਕ ਬੰਦੇ ਦਾ ਚਿਹਰਾ ਥੋੜ੍ਹਾ ਜਿਹਾ ਪਰਨਾ ਖਿਸਕਣ ਕਰਕੇ ਮੈਨੂੰ ਲੱਗਾ ਵੀ ਮੇਰੇ ਪਿੰਡ ਦਾ ਬੰਦਾ ਹੈ ਉਹ, ਵੀ ਮੈਂ ਇਹਨੂੰ ਜਾਣਦਾ। ਜਦ ਮੈਂ ਬਾਹਰ ਨਿਕਲਿਆ ਮੈਨੂੰ ਬਾਹਰ ਨਿਕਲਣ ਨੂੰ ਕਿਹਾ ਉਹਨੇ, ਉਹਦੀ ਆਵਾਜ਼ ਤੋਂ ਵੀ ਲੱਗਾ ਵੀ ਹਾਂ ਇਹ ਮੇਰੇ ਪਿੰਡ ਦੇ, ਮੈਂ ਪੱਕਾ ਹੀ ਹੋ ਗਿਆ ਫਿਰ। ਮੈਂ ਚੁੱਪ ਹੋ ਗਿਆ। ਜਦੋਂ ਉਹਨਾਂ ਨੇ ਭਾਜੀ ਮੈਨੂੰ ਬਾਹਰ ਕੱਢਿਆ, ਇੱਕ ਨੇ ਪਿਸਤੌਲ ਮੇਰੇ ਇੱਥੇ ਗਰਦਨ 'ਤੇ ਰੱਖੀ ਹੈ ਔਰ ਉਹਨੇ ਮੈਨੂੰ ਧਮਕੀ ਦਿੱਤੀ, ਕਹਿੰਦਾ ਪੰਡਤਾ ਤੇਰਾ ਅਸੀਂ ਪੰਡਤ ਬਣਾਉਣ ਕੱਢ ਦਿੱਤਾ ਹੈ, ਕਹਿੰਦਾ ਹੁਣ ਤੂੰ ਦਫਾ ਹੋ ਜਾ ਇੱਥੋਂ। ਪਿੰਡ ਕਹਿੰਦਾ ਇਹ ਵੀ ਕਿਹਾ ਕਹਿੰਦਾ ਪਿੰਡ ਛੱਡ ਕੇ ਚੱਲ ਜਾ ਨਹੀਂ ਤਾਂ ਟੱਬਰ ਵੀ ਮਾਰ ਦੇਵਾਂਗੇ ਤੇਰਾ ਅਸੀਂ। ਇਹ ਮੈਨੂੰ ਹੁਣ ਪਿੰਡ ਛੱਡੂ ਕਾਹਦੇ ਮਜਬੂਰ ਕਰਦੇ, ਕੀ ਕਾਰਨ ਕੀ ਹੈ? ਜਾਂ ਤਾਂ ਪਿੰਡ ਦੀ ਪੰਚਾਇਤ ਮੇਰੇ ਖਿਲਾਫ਼ ਆ, ਜਾਂ ਤਾਂ ਕਿਸੇ ਨੇ ਜਾਣ ਕੇ ਇਹ ਕੰਮ ਮੇਰੇ ਨਾਲ ਕਰਵਾਇਆ, ਜਾਣ ਕੇ ਕਰਵਾਇਆ। ਜਿਹਨੇ ਕਰਵਾਇਆ ਉਸ ਬੰਦੇ ਦਾ ਨਾਮ ਵੀ ਮੈਨੂੰ ਪਤਾ ਆ, ਮੈਂ ਪ੍ਰਸ਼ਾਸਨ ਨੂੰ ਦੱਸ ਚੁੱਕਾ ਔਰ ਸਾਰਾ ਕੁਛ ਲਿਖ ਕੇ ਪ੍ਰਸ਼ਾਸਨ ਨੂੰ ਦੇ ਚੁੱਕਾ। ਜੋ ਸੱਚਾਈ ਆ ਉਹੀ ਪ੍ਰਸ਼ਾਸਨ ਨੂੰ ਦਿੱਤੀ ਹੈ, ਉਹ ਤੋਂ ਇਲਾਵਾ ਨਹੀਂ। ਝੂਠ ਬੋਲਣ ਦੀ ਮੈਨੂੰ ਕੋਈ ਆਦਤ ਹੈ ਨਹੀਂ, ਸੱਚਾ ਬੰਦਾ ਮੈਂ ਹੀ ਹਾਂ, ਤਾਂ ਹੀ ਮੈਨੂੰ ਪਿੰਡ ਦਾ ਕੋਈ ਬੰਦਾ ਹੱਥ ਨਹੀਂ ਪਾ ਸਕਿਆ ਅੱਜ ਤੱਕ। ਜੇ ਝੂਠ ਹੁੰਦਾ ਭਾਅ ਜੀ ਪਰਚੇ ਹੋ ਜਾਂਦੇ ਆ। ਨਹੀਂ ਲੁੱਟ ਖੋਹ ਨਹੀਂ ਕੀਤੀ, ਸਿਰਫ ਮੈਨੂੰ ਸ਼ਿਖਾ ਨੂੰ ਮੇਰੀ ਨੂੰ ਹੱਥ ਪਾ ਕੇ ਸ਼ਿਖਾ ਕੱਢ ਕੇ ਮੈਨੂੰ ਉਹੀ ਕਿਹਾ ਵੀ ਪੜ੍ਹ ਤੇਰਾ ਪੰਡਤ ਨੂੰ ਕੱਢ ਦਿੱਤਾ ਸੀ, ਹੁਣ ਦਫਾ ਹੋ ਜਾ ਇੱਥੋਂ। ਸ਼ਿਖਾ ਨਾਲ ਲੈ ਕੇ ਨਾ, ਪਤਾ ਨਹੀਂ ਕਿਸੇ ਸਿੱਟੀ ਨਾਲ ਲੈ ਕੇ ਖੜਿਆ। ਹਾਂਜੀ ਮੈਂ ਭਾਈ ਬਹੁਤ ਪਰੇਸ਼ਾਨ ਸੀਗਾ ਇਸ ਚੀਜ਼ ਤੋਂ। ਮੈਂ ਉਸ ਤੋਂ ਬਾਅਦ ਘਰੇ ਆ ਕੇ 3 ਦਿਨ ਤੱਕ ਘਰੋਂ ਬਾਹਰ ਨਹੀਂ ਨਿਕਲਿਆ। ਲੋਕਾਂ ਨੂੰ ਵੀ ਇਹੀ ਗੱਲਾਂ ਗਲਤ ਫੈਲਾਈਆਂ ਗਈਆਂ ਪਿੰਡ ਵਿੱਚ ਵੀ ਨਸ਼ਾ ਕਰਦਾ। ਇਹਦਾ ਜਿਹੜਾ ਮੈਂ ਨਸ਼ਾ ਕਰਦਾ ਹੁੰਦੀ ਨਾ, ਦੱਸੋ ਮੈਨੂੰ ਤੁਸੀਂ ਆ, ਇਹਨੇ ਸਟਾਫ ਇੱਥੇ ਬੈਠਾ, ਪੁਲਿਸ ਨੂੰ ਕੰਪਲੇਂਟ ਵਿੱਚ ਮੈਂ ਦੱਸਤਾ ਭਾਈ ਜੋ ਮੈਂ ਦੱਸਣਾ ਸੀ ਸਾਰਾ ਕੁਛ ਲਿਖ ਕੇ ਦਿੱਤਾ। ਹਾਂਜੀ ਮੰਗ ਭਾਅ ਜੀ ਮੈਂ ਇਨਸਾਫ਼ ਹੀ ਕਰਦਾ, ਜਾਂ ਤਾਂ ਉਹਨਾਂ ਬੰਦਿਆਂ ਉੱਪਰ 295 ਦਾ ਪਰਚਾ ਕੀਤਾ ਜਾਵੇ। ਮੇਰੀ ਧਾਰਮਿਕ ਭਾਵਨਾਵਾਂ ਨੂੰ ਜਿਹੜੀ ਠੇਸ ਪਹੁੰਚੀ ਆ, ਜਿਹੜਾ ਮੈਨੂੰ ਆਹਤ ਕੀਤਾ ਗਿਆ, ਮੈਨੂੰ ਉਸ ਚੀਜ਼ ਦਾ ਇਨਸਾਫ਼ ਚਾਹੀਦਾ, ਉਹ ਮੈਨੂੰ ਮਿਲਣਾ ਚਾਹੀਦਾ। ਜੇ ਨਹੀਂ ਮਿਲੂਗਾ ਤਾਂ ਜੋ ਹੈਗਾ ਫਿਰ ਮੈਂ ਉਹ ਕਰਨਾ ਭਾਅ ਜੀ। ਮੈਂ ਤੁਹਾਡਾ ਧਿਆਨ ਲਿਆਉਣਾ ਚਾਹਾਂਗਾ ਕਿ ਬਹੁਤ ਬੁਰੀ ਤਰ੍ਹਾਂ ਭਗਵੰਤ ਮਾਨ ਖੁਦ ਐਜ਼ ਚੀਫ ਮਿਨਿਸਟਰ ਔਰ ਹੋਮ ਮਿਨਿਸਟਰ ਫੇਲ ਹੋਏ ਨੇ। ਹੀ ਇਜ਼ ਆ ਫੇਲਡ ਚੀਫ ਮਿਨਿਸਟਰ, ਹੀ ਇਜ਼ ਆ ਫੇਲਡ ਹੋਮ ਮਿਨਿਸਟਰ। ਇੰਨੀ ਲਾਅ ਐਂਡ ਆਰਡਰ ਖਰਾਬ ਹੋ ਚੁੱਕੀ ਹੈ ਕਿ ਆਮ ਆਦਮੀ ਤਾਂ ਛੱਡੋ, ਪੁਲਿਸ ਦੇ ਅਧਿਕਾਰੀਆਂ ਦੇ ਕਤਲ ਹੋ ਰਹੇ ਨੇ, ਗੈਂਗਸਟਰ ਜੇਲ੍ਹਾਂ ਦੇ ਵਿੱਚ ਬੈਠ ਕੇ ਧਮਕੀਆਂ ਦੇ ਰਹੇ ਨੇ, ਬਿਜ਼ਨਸਮੈਨਾਂ ਤੋਂ ਪੈਸੇ ਖੋਹ ਰਹੇ ਨੇ, ਔਰ ਸਭ ਤੋਂ ਖਤਰਨਾਕ ਚੀਜ਼ ਇਹ ਹੋਈ ਹੈ ਕਿ ਸਾਡੇ ਹੀ ਇੱਕ ਅਧਿਕਾਰੀ ਦਾ ਸ਼ਰੇਆਮ ਸੜਕ ਦੇ ਉੱਤੇ, ਉਹਦੀ ਪਿੱਛੇ ਜਿਹੜੀ ਅਸੀਂ ਹਿੰਦੂ ਧਰਮ ਦੇ ਵਿੱਚ ਬੋਧੀ ਰੱਖਦੇ ਹਾਂ, ਉਹਦੇ ਨਾਲ ਕੱਟ ਦਿੱਤੀ ਗਈ ਹੈ। ਅਤੇ ਇਹ ਮੈਂ ਲੋਕਲ ਐਡਮਿਨਿਸਟ੍ਰੇਸ਼ਨ ਨੂੰ ਵਾਰਨਿੰਗ ਦੇ ਕੇ ਜਾ ਰਿਹਾ ਕਿ ਜਾਂ ਤਾਂ ਸ਼ਾਮ ਤੱਕ ਬੰਦੇ ਫੜੋ, ਨਹੀਂ ਤਾਂ ਕੱਲ੍ਹ ਨੂੰ ਅਸੀਂ ਪੂਰੇ ਦਾ ਪੂਰਾ ਫਲੋਰ ਰੋਕਾਂਗੇ, ਪੂਰੇ ਦਾ ਪੂਰਾ ਹਾਈਵੇ ਜਾਮ ਕਰਾਂਗੇ। ਇਹ ਜੀ ਬੇਇਨਸਾਫ਼ੀ ਅਸੀਂ ਕਿਸੇ ਤਰੀਕੇ ਨਾਲ ਸਹਿਣ ਨਹੀਂ ਕਰਾਂਗੇ। ਔਰ
भगवंत मान जी ने वड्डी कीमत चुकानी पवेगी। इस मौके शर्मा ने प्रशासन अगे इंसाफ की गुहार लगाई है कि बोधी कट्टन वाले नौजवानों ते कार्रवाई की जाए। खैर दोस्तों तुहानू की लगता किसने अते क्यों कट्टी होवेगी पंडित की बोधी? अपनी राय कमेंट बॉक्स में जरूर सांझी करो। हकीकत टीवी पंजाबी लई जलंधर तो दविंदर कुमार की रिपोर्ट।